ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਆਪ ਜੀ ਸਰਵਣ ਕਰ ਰਹੇ ਹੋ ਸ੍ਰੀ ਸਹਿਜ ਪਾਠ ਆਓ ਹੁਣ ਜੋ ਅਖੀਰ ਦੇ ਸ਼ਬਦ ਹਨ ਭਗਦੇ ਸਲੋਕਾ ਤਬ ਪਹਿਲਾ ਇਹ ਆਪਾਂ ਚੌਥੇ ਪਾਸ਼ਾ ਤੰਦ ਗੁਰ ਰਾਮਦਾਸ ਜੀ ਮਹਾਰਾਜ ਤਨ ਦੇ ਚਾਰਨ ਕੀਤੇ ਸ਼ਬਦ ਸਰਵਣ ਕਰ ਰਹੇ ਹਾਂ ਤੋਂ ਸੱਤ ਸ਼ਬਦ ਪਹਿਲੇ ਸਰਵਣ ਕਰ ਚੁੱਕੇ ਹਾਂ ਤਾਂ ਹੁਣ ਅਠਵਾਂ ਸ਼ਬਦ ਆਪਾਂ ਸਰਵਣ ਕਰਾਂਗੇ ਅਤੇ ਅੱਜ ਅਸੀਂ ਪਹੁੰਚਾਂਗੇ ਪੋਗਦੇ ਸਲੋਕਾ ਤੱਕ ਤੋਂ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਜੋ ਇਹ ਪਰਿਵਾਰ ਨਾਲ ਜਾਪ ਕਰ ਰਹੇ ਹਨ ਅਰਦਾਸ ਕਰਕੇ ਆਪਾਂ ਰੰਮਤਾ ਕੀਤੀ ਸੀ ਹੁਣ ਸੰਪੂਰਨਤਾ ਦੀ ਦਾਸ ਵਿੱਚ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਸਾਰੇ ਜਰੂਰ ਸ਼ਾਮਲ ਹੋਣ ਜਿਨ੍ਹਾਂ ਨੇ ਨਾਲ ਪਾਠ ਪੜ੍ਹੇ ਸਨ ਸੁਨੇ ਸਨ ਇਹ ਮਰਯਾਦਾ ਹੈ ਨਾਲ ਉਹ ਸਰਦਾ ਸ਼ਾਮਲ ਹੋਈਏ ਗੁਰਦੇ ਸ਼ੁਕਰਾਨ ਦੇ ਦਾਸ ਔਰ ਅਗੇ ਤੋਂ ਸਤਗੁਰ ਜੀ ਬਾਣੀ ਨਾਲ ਜੋੜੀ ਰੱਖਣ ਸਤਗੁਰ ਜੀ ਸਾਨੂੰ ਤੋ ਆਓ ਆਰੰਭ ਕਰਦੇ ਹਾਂ ਇਹ ਅਖੀਰਲੇ ਜੋ ਭਗਤ ਦੇ ਸ਼ਲੋਕੋਂ ਦਾ ਪਹਿਲਾ ਜੋ ਸ਼ਬਦ ਹਨ ਉਹ ਸਰਵਣ ਕਰੀਏ ਆਓ ਆਰੰਭ ਕਰਦੇ ਹਾਂ ਅੱਜ ਦੇ ਜਬ ਵਾਹਿਗੁਰ ਜੀ ਕਾ ਖਾਲਸਾ ਵਾਹਿਗੁਰ ਜੀ ਕੀ ਫਤਿਹ ਵਾਹਿਗੁਰੂ 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 ਜਿਨਾਂ ਪਰੀ ਪਿਆਰ ਕਿਉ ਜੀਵਨ ਪਰ ਬਾਹਰੇ ਜਾਂ ਸਹੋ ਦੇਖਣ ਆਪਣਾ ਨਾਨਕ ਥੀਵਨ ਭੀ ਹਰੇ ਜਿਨਾਂ ਗੁਰਮੁਖ ਅੰਦਰ ਨੇਹ ਤ ਪ੍ਰੀਤਮ ਸੱਚਾ ਲਾਇ ਰਾਤੀ ਅਤ ਦੇਹ ਨਾਨਕ ਪ੍ਰੇਮ ਸਮਾਇਆ ਗੁਰਮੁਖ ਸੱਚੀ ਆਸ ਕੀ ਜਿਤ ਪ੍ਰੀਤਮ ਸੱਚਾ ਪਾਈਐ ਅਨ ਦਿਨ ਰਹੇ ਆਨੰਦ ਨਾਨਕ ਸਹਿਜ ਸਮਾਈਐ ਸੱਚਾ ਪ੍ਰੇਮ ਪਿਆਰ ਗੁਰਪੂਰੇ ਤੇ ਪਾਈਐ ਕਬਹ ਨ ਹੋਵੈ ਭੰਗ ਨਾਨਕ ਹਰ ਗੁਣ ਗਾਈਐ ਜਿਨਾਂ ਅੰਦਰ ਸੱਚਾ ਨੇਹ ਕਿਉ ਜੀਵਨ ਪਰੀ ਵਿਹੂਣਿਆ ਗੁਰਮੁਖ ਮੇਲੇ ਆਪੇ ਨਾਨਕ ਚਿਰਿ ਵਿਸ਼ੁੰਨਿਆ ਜਿਨਕ ਪ੍ਰੇਮ ਪਿਆਰ ਤਉ ਆਪੇ ਲਾਇਆ ਕਰਮ ਕਰ ਨਾਨਕ ਲੇਹ ਮਿਲਾਏ ਮੈਂ ਜਾਚਕ ਦੀਜੈ ਨਾਮ ਹਰਿ ਗੁਰਮੁਖ ਹੱਸੈ ਗੁਰਮੁਖ ਰੋਵੈ ਜੇ ਗੁਰਮੁਖ ਕਰੇ ਸਾਈ ਭਗਤ ਹੋਵੇ ਗੁਰਮੁਖ ਹੋਵੇ ਸੋ ਕਰੇ ਵਿਚਾਰ ਗੁਰਮੁਖ ਨਾਨਕ ਪਾਵੈ ਪਾਰ ਜਿਨ੍ਹਾਂ ਅੰਦਰ ਨਾਮ ਨਿਧਾਨ ਹੈ ਗੁਰਬਾਣੀ ਵਿਚਾਰ ਤਿਨ ਕੇ ਮੁਖ ਸਦ ਉਜਲੇ ਤਿਤ ਸਚਾ ਦਰਬਾਰ ਤਿਨ ਬਹੰਦਿਆਂ ਉੱਠਦੇ ਆਂ ਕਦੇ ਨਾ ਵਿਸਰ ਜੇ ਆਪ ਬਖਸੇ ਕਰਤਾਰ ਨਾਨਕ ਗੁਰਮੁਖ ਮਿਲੇ ਨਾ ਵਿਛੜੇ ਜੇ ਮਿਲੇ ਸਿਰ ਜਨਹਾਰ ਗੁਰ ਪੀਰਾਂ ਕੀ ਚਾਕਰੀ ਮਹਾ ਕਰੜੀ ਸੁਖ ਸਾਰ ਨਦਰ ਕਰੇ ਜਿਸ ਆਪਣੀ ਤਿਸ ਲਾਏਤ ਪਿਆਰ ਸਤ ਗੁਰ ਕੀ ਸੇਵ ਲੱਗੇ ਆਂ ਪੌਜਲ ਤਰ੍ਹਾਂ ਸੰਸਾਰ ਮਨ ਚਿੰਦਿਆ ਫਲ ਪਾਏ ਸੀ ਅੰਤਰ ਬਿਵੇਕ ਵਿਚਾਰ ਨਾਨਕ ਸਤਗੁਰ ਮਿਲਿਆ ਪ੍ਰਭ ਪਾਈਐ ਸਭ ਦੁੱਖ ਨਿਵਾਰਨ ਹਾਰ ਮਨ ਮੁਖ ਸੇਵਾ ਜੋ ਕਰੇ ਦੁਜਾ ਭਾਏ ਚਿਤ ਲਾਏ ਪੁੱਤ ਕਲਤ ਕੋਟੰਬ ਹੈ ਮਾਇਆ ਮੋਹ ਵਧਾਏ ਦਰ ਗਹਿ ਲੇਖਾ ਮੰਗਿਐ ਕੋਈ ਅੰਤ ਨ ਸਕੀ ਛੜਾਏ ਬਿਨ ਨਾਬ ਸਭ ਦੁੱਖ ਹੈ ਦੁਖਦਾਈ ਮੋਹ ਮਾਇ ਨਾਨਕ ਗੁਰਮੁਖ ਨਦਰੀ ਆਇਆ ਮੋਹ ਮਾਇਆ ਵਿਛੜ ਸਭ ਜਾਏ ਗੁਰਮੁਖ ਹੁਕਮ ਮੰਨੇ ਸਹ ਕੇਰਾ ਹੁਕਮੇ ਹੀ ਸੁਖ ਪਾਏ ਹੁਕਮੋ ਸੇਵੇ ਹੁਕਮ ਅਰਾਧੇ ਹੁਕਮੇ ਸਮੈ ਸਮਾਏ ਹੁਕਮ ਵਰਤ ਨੇਮ ਸੁੱਚ ਸੰਜਮ ਮਨ ਚਿੰਦਿਆ ਫਲ ਪਾਏ ਸਦਾ ਸੁਹਾਗਣ ਜੇ ਹੁਕਮਾ ਬੁੱਝੈ ਸਤਗੁਰ ਸੇਵੈ ਲਿਬਲਾਏ ਨਾਨਕ ਕਿਰਪਾ ਕਰੇ ਜਿਨੇ ਉਪਰ ਤਨਾ ਹੁਕਮੇ ਲਏ ਮਿਲਾਏ ਮਨ ਮੁਖ ਹੁਕਮ ਨਾ ਬੁੱਝੇ ਬੱਪੜੀ ਨੇ ਤਹ ਮੈਂ ਕਰਮ ਕਮਾਏ ਵਰਤ ਨੇਮ ਸੋਚ ਸੰਜਮ ਪੂਜਾ ਪਾਖੰਡ ਭਰਮ ਨਾ ਜਾਏ ਅੰਤ ਰਹੁ ਕੋ ਸੁਧ ਮਾਇਆ ਮੋਹੇ ਵਿਦਿਜਿਓ ਹਸਤੀ ਛਾਰ ਉਡਾਏ ਜੇਨੇ ਉਪਾਏ ਦੁਸੈ ਨ ਚੇਤੇ ਬਿਨ ਚੇਤੇ ਕਿਉ ਸੁਖ ਪਾਏ ਨਾਨਕ ਪਰਪੰਚ ਕੀਆ ਧੁਰ ਕਰਤਾ ਪੂਰਬ ਲਿਖਿਆ ਕਮਾਏ ਗੁਰਮੁਖ ਭਤੀ ਤੇ ਭਈ ਮਨ ਮਾਨਿਆ ਅਨ ਦਿਨ ਸੇਵਾ ਕਰਤ ਸਮਾਏ ਅੰਤਰ ਸਤਗੁਰ ਗੁਰੂ ਸਭ ਪੂਜੇ ਸਤਗੁਰ ਕਾ ਦਰਸ ਦੇਖੈ ਸਭ ਆਏ ਮੰਨਿਐ ਸਤਗੁਰ ਪਰਮ ਵਿਚਾਰੀ ਜਿਤ ਮਿਲਿਆ ਤਿਸਨਾ ਭੁੱਖ ਸਭ ਜਾਏ ਹਉ ਸਦਾ ਸਦਾ ਬਲਿਹਾਰੀ ਗੁਰ ਆਪਣੇ ਜੋ ਪ੍ਰਭ ਸੱਚਾ ਦੇ ਮਿਲਾਏ ਨਾਨਕ ਕਰਮ ਪਾਇਆ ਤਿਨ ਸੱਚਾ ਜੋ ਗੁਰ ਚਰਣੀ ਲੱਗੇ ਆਏ ਜਨ ਪਰੀਆ ਸੋਨੇ ਹੋ ਸੇ ਸੱਜਣ ਮੈਂ ਨਾਲ ਅੰਤਰ ਬਾਹਰ ਹਾਂ ਫੇਰਾ ਭੀ ਹਿਰਦੈ ਰੱਖਾਂ ਸੰਮਾਲੇ ਜਿਨਾ ਇੱਕ ਮਨ ਇੱਕ ਚਿੱਤ ਧਿਆਇ ਸਤਿਗੁਰ ਸੋ ਚਿੱਤ ਲਾਏ ਤਨ ਕੀ ਦੁਖ ਭੁਖ ਹੋ ਮੈਂ ਵੱਡਾ ਰੋਗ ਗਿਆ ਨਿਰਦੋਖ ਭਏ ਲਿਵ ਲਾਇ ਗੁਣ ਗਾਵਹਿ ਗੁਣ ਉਚਰਹਿ ਗੁਣ ਮਹਿ ਸਬ ਸਮਾਇ ਨਾਨਕ ਗੁਰਪੂਰੇ ਤੇ ਪਾਇਆ ਸਹਜ ਮਿਲਿਆ ਪ੍ਰਭ ਆਇ ਮਨ ਮੁਖ ਮਾਇਆ ਮੋਹ ਹੈ ਨਾਮ ਨ ਲੱਗੈ ਪਿਆਰ ਕੂੜ ਕਮਾਵੈ ਕੂੜ ਸੰਘਰੈ ਕੂੜ ਕਰ ਆਹਾਰ ਬਿਖ ਮਾਇਆ ਧਨ ਸੰਚ ਮਰਹਿ ਅੰਤ ਹੋਏ ਸਭ ਸ਼ਾਰ ਕਰਮ ਧਰਮ ਸੋਚੇ ਸੰਜਮ ਕਰਹਿ ਅੰਤਰ ਲੋਭ ਵਿਕਾਰ ਨਾਨਕ ਮਨਮੁਖ ਜੇ ਕਮਾਬ ਸੋ ਥਾਏ ਨਾ ਪਵੈ ਦਰਗਹਿ ਹੋਏ ਖੁਆਰ ਸਭ ਨਾ ਰਾਗਾ ਵਿੱਚ ਸੋ ਭਲ ਭਾਈ ਜੇਤ ਬਸਿਆ ਮਨ ਆਏ ਰਾਗ ਨਾਦ ਸਭ ਸੱਚ ਹੈ ਕੀਮਤ ਕਹੀ ਨ ਜਾਏ ਰਾਗੈ ਨਾਦੈ ਬਾਹਰਾ ਇਨੀ ਹੁਕਮ ਨ ਬੂਝਿਆ ਜਾਏ ਨਾਨਕ ਹੁਕਮੈ ਬੂਝੈ ਤਿਨਾਂ ਰਾਸ ਹੋਏ ਸਤਿਗੁਰ ਤੇ ਸੋਜੀ ਪਾਏ ਸਭ ਕਿਛ ਤਿਸ ਤੇ ਹੋਇਆ ਜਿਉ ਤਿਸੈ ਦੀ ਰਜਾਈ ਸਤਗੁਰ ਵਿੱਚ ਅੰਮ੍ਰਿਤ ਨਾਮ ਹੈ ਅੰਮ੍ਰਿਤ ਕਹ ਕਹਾਈ ਗੁਰਮਤੀ ਮਨ ਨਿਰਮਲੋ ਨਿਰਮਲ ਨਾਮ ਧਿਆਏ ਅੰਮ੍ਰਿਤ ਬਾਣੀ ਤਤ ਹੈ ਗੁਰਮੁਖ ਵਸ ਮੰਨਿ ਆਏ ਹਿਰਦੈ ਕਮਲ ਪਰਗਾਸਿਆ ਜੋਤੀ ਜੋਤ ਮਿਲਾਏ ਨਾਨਕ ਸਤਗੁਰ ਤਿਨ ਕੋ ਮੇਲਿਓਨ ਜਿਨ ਧੁਰ ਮਸਤਕ ਭਾਗ ਲਿਖਾਇ ਅੰਦਰ ਤਿਸਨਾ ਆਗਹਿ ਮਨਮੁਖ ਭੁਖ ਨ ਜਾਏ ਮੋਹ ਕਟੰਬ ਸਭ ਕੂੜ ਹੈ ਕੂੜ ਰਹਿਆ ਲਪਟਾਇ ਅਨ ਦਿਨ ਚਿੰਤਾ ਚਿੰਤਵੈ ਚਿੰਤਾ ਬੱਦ ਜਾਏ ਜੰਮਣ ਮਰਣ ਨਾ ਚੁੱਕਈ ਹਮੈ ਕਰਮ ਕਮਾਏ ਗੁਰ ਸਰਣਾਈ ਉੱਭਰੇ ਨਾਨਕ ਲੈ ਛਡਾਏ ਸਤ ਗੁਰ ਪੁਰਖ ਹਰ ਧਿਆਏ ਦਾ ਸਤ ਸੰਗਤ ਸਤ ਗੁਰ ਭਾਏ ਸਤ ਸੰਗਤ ਸਤ ਗੁਰ ਸੇਵ ਦੇ ਹਰ ਮੇਲੇ ਗੁਰ ਮੇਲਾਏ ਇਹੋ ਭੌਜਲ जगत संसार है गुरु बोहित नाम तर आए गुरु सिखी पाणा मननया गुरु पूरा पार लंगाय गुरु सिख की हर तूड़ दे हम पापी भी गत पाहे तोर मस्के हारे प्रबल लिखेया गुरु नानक मिलया आए जम कंकर मार ਬੇਦਾਰਿਆਂ ਹਰ ਦਰਗਹ ਲਏ ਛਡਾਏ ਗੁਰਸਿੱਖਾਂ ਨੂੰ ਸਾਬਾਸ ਹੈ ਹਰ ਟੁੱਟਾ ਮੇਲ ਮਿਲਾਏ ਗੁਰਪੂਰੇ ਹਰ ਨਾਮ ਦੜਾਇਆ ਜਿਨ ਵਿੱਚੋ ਭਰਮ ਚੁਕਾਇਆ RAM ਨਾਮ ਹਰ ਕੀਰਤ ਗਾਏ ਕਰ ਚਾਨਣ ਮਾਗੋ ਦੇਖਾਇਆ ਹਉ ਮੈ ਮਾਰੇ ਇਕਿਲੇਬ ਲਾਗੀ ਅੰਤਰ ਨਾਮ ਵਸਾਇਆ ਗੁਰਮਤੀ ਜਮ ਜੋ ਹੈ ਨ ਸਕੈ ਸਚੈ ਨਾਏ ਸਮਾਇਆ ਸਭ ਆਪੇ ਆਪ ਵਰਤੈ ਕਰਤਾ ਜੋ ਭਾਵੈ ਸੋ ਨਾਏ ਲਾਇਆ ਜਨ ਨਾਨਕ ਨਾਉ ਲਏ ਤਾਂ ਜੀਵੈ ਬਿਨ ਨਾਵੈ ਖਿਨ ਮਰ ਜਾਇਆ ਮਨ ਅੰਤਰ ਹਉ ਮੈ ਰੋਗ ਭਰਾ ਮੈਂ ਭੂਲੇ ਹਾ ਮੈਂ ਸਾਖਤ ਦੁਰਜਨ ਨਾਨਕ ਰੋਗ ਗਵਾਏ ਮਿਲ ਸਤਗੁਰ ਸਾਧੂ ਸੱਜਣਾ ਗੁਰਮਤੀ ਹਰ ਹਰ ਬੋਲੇ ਹਰ ਪ੍ਰੇਮ ਕਸਾਈ ਦਿਨ ਸੋ ਰਾਤ ਹਰ ਰਤੀ ਹਰ ਰੰਗ ਚੋਲੇ ਹਰ ਜੈਸਾ ਪੁਰਖ ਨ ਲਭਈ ਸਭ ਦੇਖਿਆ ਜਗਤ ਮੈਂ ਟੋਲੇ ਗੁਰ ਸਤਗੁਰ ਨਾਮ ਦ੍ਰਿੜਾਇਆ ਮਨ ਅਨਤ ਨਾ ਕਾਹੂ ਡੋਲੇ ਜਨ ਨਾਨਕ ਹਰਿ ਕਾ ਦਾਸ ਹੈ ਗੁਰ ਸਤਗੁਰ ਕੇ ਗੁਲ ਗੋਲੇ ਸਲੋਕ ਮਹੱਲਾ ਪੰਜਵਾ ਇੱਕ ਓ ਅੰਕਾਰ ਸਤਗੁਰ ਪ੍ਰਸਾਦਿ ਰੱਤੇ ਸਈ ਜੇ ਮੁਖ ਨਾ ਮੁੜਨ ਜਿਨੀ ਸੁੰਝਾਤਾ ਸਾਈ ਛਾੜੇ ਛਾੜੇ ਪਬਦੇ ਕੱਚੇ ਬਿਰਹੀ ਜਿਨਾਂ ਕਾਰ ਨ ਆਈ ਧਣੀ ਦਿਹੁਣਾ ਪਾਟ ਪਟੰਬਰ ਭਾਹੀ ਛੇਤੀ ਜਾਲੇ ਧੂੜੀ ਵਿੱਚ ਤੋ ਡੰਦੜੀ ਸੋਹਾ ਨਾਨਕ ਤੈ ਸਹ ਨਾਲੇ ਗੁਰ ਕੈ ਸਬਦ ਅਰਾਦੀਐ ਨਾਮ ਰੰਗ ਬੈਰਾਗ ਜੀਤੇ ਪੰਚ ਬੈਰਾਈਆ ਨਾਨਕ ਸਫਲ ਮਾਰੂ ਇਹੋ ਰਾਗ ਜਾਂ ਮੂ ਇੱਕ ਤਾ ਲਖ ਤਉ ਜਿਤੀ ਪਿੰਨੇ ਧਾਰੇ ਕਿਤੜੇ ਬਾਹਮਣ ਬਿਰਥਾ ਗਇਓ ਜਨਮ ਜਨ ਕੀਤੋ ਸੋ ਵਿਸਰੇ ਸੋਰਠਿ ਸੋਰਸ ਪੀ ਜੀ ਕਬਹ ਨ ਫਿੱਕਾ ਹੋਏ ਨਾਨਕ RAM ਨਾਮ ਗੁਣ ਗਾਈਐ ਦਰਗਹ ਨਿਰਮਲ ਸੋਏ ਜੋ ਪ੍ਰਭ ਰਖੇ ਆਪ ਤਿਨ ਕੋਏ ਨਾ ਮਾਰਈ ਅੰਦਰ ਨਾਮ ਨਿਧਾਨ ਸਦਾ ਗੁਣ ਸਾਰਈ ਏਕਾ ਟੇਕ ਅਗੰ ਮਾਨੇ ਤਨ ਪ੍ਰਭ ਧਾਰਈ ਲੱਗਾ ਰੰਗ ਅਪਾਰ ਕੋ ਨਾ ਉਤਾਰਈ ਗੁਰਮੁਖ ਹਰ ਗੁਣ ਗਾਇ ਸਹਜ ਸੁਖ ਸਾਰਈ ਨਾਨਕ ਨਾਮ ਨਿਧਾਨ ਹਿਰਦੈ ਉਰ ਹਾਰਈ ਕਰੇ ਸੋ ਚੰਗਾ ਮਾਨ ਦੁਈ ਗਣਤ ਲਾਹੇ ਆਪਣੀ ਨਦਰ ਨਿਹਾਲ ਆਪੇ ਲੈ ਹੋ ਲਾਏ ਜਨ ਦੇਹ ਮੱਤੀ ਉਪਦੇਸ ਵਿਚਹੁ ਪਰਮ ਜਾਏ ਜੋ ਤੋਰ ਲਿਖਿਆ ਲੇਖ ਸੋਈ ਸਭ ਕਮਾਏ ਸਭ ਕਛ ਤਿਸ ਦੇ ਵਾਸੇ ਦੂਜੀ ਨਾਹੇ ਜਾਏ ਨਾਨਕ ਸੁਖ ਅਨੰਦ ਭਾਏ ਪ੍ਰਭ ਕੀ ਮਨ ਰਜਾਏ ਗੁਰਪੁਰ ਜਿਨਸਿ ਮਰਿਓ ਸਈ ਪੈ ਨਿਹਾਲ ਨਾਨਕ ਨਾਮ ਆਰਾਧਣਾ ਕਾਰਜ ਆਵਰਾ ਸੇ ਪਾਪੀ ਕਰਮ ਕਮਾਵਦੇ ਕਰਦੇ ਹਾਇ ਹਾਇ ਨਾਨਕ ਜਿਉ ਮਥਨ ਮਾਧਾਨੀਆਂ ਤਿਉ ਮਥੇ ਧਰਮ ਰਾਏ ਨਾਮ ਧਿਆਇਨ ਸਾਜਨਾ ਜਨਮ ਪਦਾਰਥ ਜੀਤੇ ਨਾਨਕ ਧਰਮ ਐਸੇ ਚਵਹਿ ਕੀਤੋ ਭਵਨ ਪੁਨੀਤ ਖੁਬੜੀ ਕੋਥਾਇ ਮਿੱਠੀ ਗਲਣ ਕੋ ਮੰਤਰੀਆ ਨਾਨਕ ਸੇਈ ਉੱबरे ਜਿਨ੍ਹਾਂ ਭਾਗ ਮਥਾਹਿ ਸੁੱਤੜੇ ਸੁਖੀ ਸਵੰਨ ਜੋ ਰੱਤੇ ਸਹਿ ਆਪਣੈ ਪ੍ਰੇਮ ਵਿਸੋਹਾ ਧਣੀ ਸੋ ਅਠੇ ਪਹਿਰ ਲਵਾਨੇ ਸੁੱਤੜੇ ਅਸ਼ੰਖ ਮਾਇਆ ਝੂਠੀ ਕਾਰਣੇ ਨਾਨਕ ਸੇ ਜਾਗਨ ਜੇ ਰਸਨਾ ਨਾਮ ਉਚਾਰਣੇ ਮ੍ਰਿਗ ਤਿਸਨਾ ਪੇਖ ਭੁੱਲਣੇ ਵੁਠੇ ਨਗਰ ਗੰਧਰਬ जिने सच आराध्यआ नानक मान ताने फब पतित उद्धारण पार ब्रह्म समर्थ पुरख अपार जिसहे उद्धारे नानका सो सिमरे सृजनहार दूजी छोड को वाटड़ी एकस सौ चित लाए ਦੁਜੇ ਭਾਵੇਂ ਨਾਨਕ ਵਹਿਣ ਦੁਰੰਦੜੀ ਜਾਏ ਤੇ ਹਟੜੇ ਬਾਜ਼ਾਰ ਸੌਦਾ ਕਰਨ ਵਣਜਾਰਿਆ ਸੱਚ ਵਖਰ ਜਿਨੀ ਲੱਦਿਆ ਸੇ ਸੱਚੜੇ ਪਾਸਾਰ ਪੰਥਾ ਪ੍ਰੇਮ ਨਾ ਜਾਣਈ ਭੂਲੀ ਫਿਰ ਗਵਾਰ ਨਾਨਕ ਹਰ ਬਿਸਰਾਏ ਕੈ ਪਾਉਦੇ ਨਰਕ ਅੰਧਿਆਰ ਮਾਇਆ ਮਨੋ ਨਾ ਵੀਸਰੇ ਮੰਗੈ ਧੰਮ ਧੰਮ ਸੋ ਪ੍ਰਭ ਚਤ ਨ ਆਵਈ ਨਾਨਕ ਨਹੀਂ ਕਰਮ ਤੇ ਚਰ ਮੂਲ ਨਾ ਥੁੜੀਂਦੋ ਜਿ ਚੁਰ ਆਪ ਕਿਰਪਾਲ ਸ਼ਬਦ ਅਖਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਨ ਖੰਬ ਵੇ ਕਾਂਦੜੇ ਜੇ ਲਹਾਂ ਕਿੰਨਾ ਸਾਵੀ ਤੋਲ ਤਨ ਜੜਾਈ ਆਪਣੇ ਲਹਾ ਸੋ ਸੱਜਣ ਟੋਲੇ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਹੰਦਾ ਸਾਹ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇ ਸਾਹ ਸੱਜਣ ਸੱਚਾ ਪਾਤਸ਼ਾਹ ਸੇਰ ਸਾਹ ਦਾ ਸਾਹ ਜਿਸ ਪਾਸ ਬੈਠਿਆ ਸੋਹੀਐ ਸਬਨਾ ਦਾ ਵੇਸਾ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਸਤਗੁਰਾਂ ਨੇ ਅਪਾਰ ਬਖਸ਼ਿਸ਼ ਕੀਤੀ ਹੈ ਸੋ ਜੋ ਮਹਾਨ ਜਗ ਸ੍ਰੀ ਸਹਿਜ ਪਾਠ ਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਤ ਦੇ ਚਰਨਾਚਾਪਾਂ ਅਰਦਾਸ ਕਰਕੇ ਆਰੰਭ ਕੀਤਾ ਸੀ ਗੁਰ ਸ਼ਬਦ ਦਾ ਪ੍ਰਵਾਹ ਜੋ ਆਪ ਸਾਰੀਆਂ ਸੰਗਤਾਂ ਨੇ ਇਹ ਸੁਣਿਆ ਹੈ ਨਾਲ ਪੜਿਆ ਹੈ ਤੋਂ ਸਤਿਗੁਰਾਂ ਦੀ ਕਿਰਪਾ ਦੇ ਨਾਲ ਹੁਣ ਉਸ ਸਮਾ ਆ ਗਿਆ ਹੈ ਜੋ ਸੀ ਰੋਜ਼ ਅਰਦਾਸਾਂ ਕਰਦੇ ਰਹੇ ਹਾਂ ਸਤਿਗੁਰੂ ਜੀ ਕਿਰਪਾ ਕਰੋ ਇਹ ਗੁਰਬਾਣੀ ਆਪਨੇ ਬਖਸ਼ਿਸ਼ ਕੀਤੀ ਹੈ ਇਸ ਰਸੈਂਚ ਪਾਠ ਤੋ ਜੀਵਨ ਚ ਘੱਟ ਤੋਂ ਘੱਟ ਇੱਕ ਵਾਰੀ ਸੀ ਪੜ ਲਈਏ ਸੁਣ ਲਈਏ ਇਹ ਜੀਵਨ ਦਾ ਮਨੋਰਥ ਹੈ ਤੋ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਜਿਵੇਂ ਮੈਂ ਸਮਾਂ ਲੰਘਿਆ ਹੈ ਸੋ ਇੰਨੇ ਸਹਿਜ ਪਾਠ ਕਰਨ ਦੇ ਵਿੱਚ ਕਈ ਵਾਰੀ ਕੋਈ ਕਈ ਤਰ੍ਹਾਂ ਦੇ ਨਾਲ ਦੁੱਖ ਸੁੱਖ ਨਾਲ ਜੀਵਨ ਚਾਏ ਹਨ ਇੱਕਨ ਗੁਰੂ ਸਾਹਿਬਾਂ ਨੇ ਕਿਰਪਾ ਕੀਤੀ ਹੈ ਇਹ ਬਾਣੀ ਆ ਪੜਾਈ ਹੈ ਹੁਣ ਇਸ ਸੰਪੂਰਨਤਾ ਤੇ ਇਹ ਜਾ ਪਾਏ ਹਨ ਤੋ ਸਾਰੀਆਂ ਸੰਗਤਾਂ ਨੂੰ ਦਾਸ ਬੇਨਤੀ ਕਰਨਗੇ ਕਿ ਆਓ ਹੁਣ ਜੋ ਸ੍ਰੀ ਸਚਪਾਲ ਦੇ ਇਹ ਭੋਗ ਦੇ ਸ਼ਲੋਕ ਪੜੇ ਜਾਣੇ ਹਨ ਆਪਾਂ ਹਾਜ਼ਰੀ ਭਰਨੀ ਹੈ ਉਸ ਤੋਂ ਪਰંત ਅਰਦਾਸ ਹੋਣੀ ਹੈ ਪੂਰੀ ਮਰਯਾਦਾ ਦੇ ਨਾਲ ਸੋ ਦੇਖ ਸਜਾ ਕਰਕੇ ਗੁਰਗੰਸਾਹਿਬ ਦੇ ਚਰਨਾਂ ਦੇ ਵਿੱਚ ਅਤੇ ਰਮਾਲਾ ਸਾਹਿਬ ਜੀ ਦਰਸ਼ਨੀ ਪਟਾਵਾਂ ਜੋ ਇਹ ਮਰਯਾਦਾ ਹੈ ਗੁਰੂ ਸਾਹਿਬਾਂ ਦੀ ਜਦੋਂ ਵੀ ਅਸੀਂ ਸਚਪਾਲ ਆਰੰਭ ਕਰਦੇ ਹਾਂ ਉਸ ਟਾਈਮ ਤੇ ਅਰਦਾਸ ਮਧ ਵਿਚ ਅਰਦਾਸ ਦੇ ਸੰਪੂਰਨਤਾ ਤਿੱਦਾਸ ਆਦ ਪੂਰਨ ਮਾਦਿਕ ਪੂਰਨ ਅੰਤਿਪੂਰਨ ਪਰਮੇਸ਼ਵਰ ਰਹਿ ਸੋ ਇਹ ਤਾਂ ਬਹੁਤ ਹੀ ਵੱਡੀ ਕਿਰਪਾ ਕੀਤੀ ਹੈ ਸਤਿਗੁਰਾਂ ਨੇ ਜੋ ਸਮੇਂ ਤੇ ਮਹਾਨ ਪੁਰਬ ਤੇ ਆਪਾਂ ਸਾਰੇ ਮਿਲ ਕੇ ਗੁਰੂ ਚਰਨਾਂ ਚ ਹਾਜ਼ਰੀ ਲਵਾ ਰਹੇ ਹਾਂ ਸੋ ਧੰਨਵਾਦ ਸੱਚੇ ਪਾਤਸ਼ਾਹ ਜੀ ਦਾ ਦਾਸਾਂ ਕੋਲੋਂ ਸਾਰਿਆਂ ਕੋਲੋਂ ਸਾਡੇ ਸਾਰਿਆਂ ਕੋਲੋਂ ਇੱਕ ਨਹੀਂ ਅਨੇਕਾਂ ਪੁੱਲਾਂ ਹੋਈਆਂ ਹਨ ਬਾਣੀ ਪੜਦੇ ਆ ਕਿਉਂਕਿ ਭੱਲੇ ਦੇ ਅੰਦਰ ਸਭ ਕੋ ਆਪੁੱਲ ਗੁਰੂ ਕਰਤਾਰ ਉਹ ਤਾਂ ਉਹ ਹੀ ਜਾਣਦੇ ਹਨ ਕਿਵੇਂ ਬਾਣੀ ਪੜ੍ਹਨੀ ਹੈ ਇਹ ਤਾਂ ਥੋੜਾ ਜਿਹਾ ਸਤਿਗੁਰਾਂ ਨੇ ਜਿੰਨੀ ਕੁ ਸੌਜੀ ਬਖਸ਼ੀ ਹੈ ਆਪਾਂ ਉਸ ਹਸਾਬ ਦੇ ਨਾਲ ਕੋਸ਼ਿਸ਼ ਕੀਤੀ ਹੈ ਕਿ ਅੱਖਰ ਅੱਖਰ ਜੋ ਹਨ ਸਾਰੇ ਜ਼ਰੂਰ ਪੜੇ ਜਾਣ ਕੋਈ ਅੱਖਰ ਵਿੱਚੋਂ ਜੋ ਹੈ ਭੁੱਲੇ ਨਾ ਕਿਸੇ ਤਰ੍ਹਾਂ ਤੋਂ ਗੁਰੂ ਨੇ ਕਿਰਪਾ ਕੀਤੀ ਹੈ ਤਾਂ ਆਪਾਂ ਹੁਣ ਅਰਦਾਸ ਵਿੱਚ ਜੁੜਨਾ ਹੈ ਨੌਵੇਂ ਮਨ ਦੇ ਸੋਖ ਅਤੇ ਭੋਗ ਹੋਣੇ ਪੈਣੇ ਹਨ ਤਾਂ ਇਸ ਜਾਪ ਦੇ ਜੋ ਭੋਗ ਹਨ ਜਿਵੇਂ ਕਿ ਦਾਸ ਰਾਂ ਨੇ ਪਹਿਲਾਂ ਆਪ ਜੀ ਨੂੰ ਦਰਸਾਇਆ ਸੀ ਕਿ 550 ਸਾਲਾਂ ਪ੍ਰਕਾਸ਼ ਗੁਰਪੁਰ ਮਨਾ ਰਹੇ ਹਾਂ ਅਤੇ 550 ਜੋ ਆਪਾਂ ਅ ਅਰਦਾਸ ਵਿੱਚ ਪ੍ਰਵਾਸ ਸਾਰੇ ਸ਼ਾਮਲ ਹੋ ਰਹੇ ਹਨ ਤੇ ਅਰਦਾਸ ਜੋ ਹੈ ਪੂਗੇ ਸ਼ਲੋਕ ਹਨ ਇਹ ਧੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਨ ਦੇ ਪ੍ਰਕਾਸ਼ ਸਥਾਨ ਗੰકાਣਾ ਸਾਹਿਬ ਵਿਖੇ ਉਸ ਸਥਾਨ ਤੇ ਉਥੋਂ ਦੇ ਗ੍ਰੰਥੀ ਸਹਿਬਾਨ ਹੈਡ ਗ੍ਰੰਥੀ ਸਹਿਬਾਨ ਸੇਵਾਦਾਰ ਮਿਲ ਕੇ ਇਹ ਸਾਰੀ ਸੇਵਾ ਨਿਭਾਉਣਗੇ ਤਾਂ ਸਤਿਗੁਰੂ ਜੀ ਕਿਰਪਾ ਕਰਨ ਆਪਾਂ ਇੱਥੋਂ ਬੈਠੇ ਹੀ ਸਾਰੀ ਸੰਗਤ ਹਾਜ਼ਰੀ ਭਰੀਏ ਬੇਨਤੀ ਹੈ ਸਾਰੀ ਸੰਗਤਾਂ ਨੂੰ ਕਿ ਜਰੂਰ ਆਪ ਜੀ ਇਸ ਸਹਿਜ ਪਾਰ ਦੀ ਸੰਪੂਰਨਤਾ ਦੇ ਦਾਸ ਵਿੱਚ ਆਪਣੇ ਨਾਮ ਲਿਖਾ ਕੇ ਔਰ ਆਪਣੇ ਸ਼ਰਧਾ ਅਨੁਸਾਰ ਸੇਵਾ ਲੈ ਕੇ ਆਪਣੀ ਕਿਰਤ ਕਮਾਈ ਨੂੰ ਸਫਲ ਕਰੋ ਸਤਿਗੁਰੂ ਦੀ ਕਿਰਪਾ ਕਰਨ ਇਹ ਸਮਾ ਸਾਡਾ ਸਫਲ ਹੋਵੇ ਇਹ ਜੀਵਨ ਸਫਲ ਹੋਵੇ ਸਾਡੇ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਆਵੇ ਆਪਾਂ ਸਾਰੇ ਮਿਲ ਕੇ ਸਾਡੇ ਬੱਚੇ ਆਪਾਂ ਸਾਰੇ ਪਰਿਵਾਰਾਂ ਗੁਰਦੀ ਬਾਣੀ ਨਾਲ ਜੁੜ ਸਕੀਏ ਸਿੱਖੀ ਨਾਲ ਜੁੜ ਸਕੀਏ ਤੁਹਾਨੂੰ ਤਨਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਸੇ ਗੁਰੂ ਸਹਿਬਾਨ ਤੁਨ ਗੁਰ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਸਾਰੇ ਤੇ ਮਿਹਰ ਬਣਾਈ ਰੱਖਣ ਸਾਡੇ ਸਾਰੇ ਤੇ ਕਿਰਪਾ ਪਰਿਆ ਹੱਥ ਹਮੇਸ਼ਾ ਹੀ ਰੱਖਣ ਆਪਾਂ ਬਾਣੀ ਪੜਦੇ ਰਹੀਏ ਤੋ ਆਓ ਇਸੇ ਤਰ੍ਹਾਂ ਆਪਾਂ ਇਸ ਤੋਂ ਅੱਗੇ ਹੁਣ ਇਹ ਜੋ ਸ਼ਲੋਕ ਮਹੱਲਾ ਨਾਮਾ ਨਾਮੇ ਪਾਸ਼ਾ ਤਨਗੁਰ ਤੇਗ ਬਹਾਦਰ ਜੀ ਮਹਾਰਾਜ ਤੇਗ ਬਹਾਦਰ ਸਿਮਰਿਆ ਕੜ ਨੌਨਦ ਆਵੈ ਤਾਏ ਸਭ ਥਾਈ ਹੋਏ ਸਹਾਈ ਉਹਨਾਂ ਦੇ ਪੁਰਦੇ ਸ਼ਲੋਕ ਜੋ ਹਨ ਇਸ ਤੋਂ ਅੱਗੇ ਸਰਵਣ ਕਰਾਂਗੇ ਤਾਂ ਆਓ ਆਪਾਂ ਇਸ ਤੋਂ ਬਾਅਦ ਭਗਦੇ ਸ਼ੋਗ ਅਰਦਾਸ ਜੁਣਾ ਕੇ ਫਤਿਹ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ